ਸੋ ਸ੍ਰੀ ਅਕਾਲ ਦੋਸਤੋ, ਮੇਰਾ ਨਾਮ ਗੁਰਵਿੰਦਰ ਸਿੰਘ। ਅੱਜ ਆ ਵੀਡੀਓ ਦੇ ਵਿੱਚ ਦੱਸ ਰਹੇ ਹੋ ਕੈਸੇ ਹੁਣ ਕਾ ਬੈਕਅਪ ਲੈ ਸਕੀਏ। ਦੋਸਤੋ, ਕਿਤੇ ਆਪਣੀ ਪਿਕ ਉੱਡ ਜਾਤੀ ਹੈ, ਕਿਤੇ ਵੀਡੀਓ ਉੱਡ ਜਾਤੀ ਹੈ, ਡਿਲੀਟ ਹੋ ਜਾਤੀ ਆਪਾਂ ਤੋਂ। ਇਸ ਕਰਕੇ ਦੋਸਤੋ, ਕਾ ਕਰਕੇ ਆਪਾਂ ਵੀਡੀਓ ਡਿਲੀਟ ਕਰ ਜਾਂਦੇ ਹੈ ਜਾਂ ਫੋਟੋ ਡਿਲੀਟ ਹੋ ਜਾਂਦੀ ਹੈ, ਉਸ ਨੂੰ ਆਪਾਂ ਬੈਕਅਪ ਲੱਭਦੇ ਹਾਂ। ਬੈਕਅਪ ਆਪਾਂ ਨੂੰ ਮਿਲ ਨਹੀਂ ਸਕਦਾ, ਉਹ ਐਪ ਦਾ ਨਾਮ ਦੱਸੂੰਗਾ, ਤੁਸੀਂ ਪਲੇ ਸਟੋਰ ਦੇ ਵਿੱਚ ਭਰ ਕੇ ਦੋਸਤੋ ਡਾਊਨਲੋਡ ਕਰ ਸਕਦੇ ਹੋ। ਇਹ ਵੀਡੀਓ ਦੇਖੋ ਤੋਂ ਪਹਿਲਾਂ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੂ ਕਰ ਲੈਣਾ। ਜਿਹੜੀ ਸਾਈਡ 'ਤੇ ਘੰਟੀ ਹੁੰਦੀ ਹੈ ਦੋਸਤੋ, ਘੰਟੀ 'ਤੇ ਕਲਿੱਕ ਕਰ ਦੇਣਾ ਹੈ ਵੀਡੀਓ ਨੂੰ, ਅਤੇ ਵੀਡੀਓ ਨੂੰ ਲਾਈਕ ਜੂ ਕਰਨਾ ਅਤੇ ਸੈਂਡ ਵੀ ਅੱਗੇ ਯੂਜ ਕਰਨਾ, ਠੀਕ ਹੈ ਦੋਸਤੋ। ਚਲੋ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਸਾਰੀ ਵੀਡੀਓ ਦੇਖਣੀ ਲੱਗੂਗੀ ਦੋਸਤੋ। ਮੰਨ ਲਓ ਦੋਸਤੋ, ਮੈਂ ਪਲੇ ਸਟੋਰ ਓਪਨ ਕਰ ਲਿਆ, ਹੁਣ ਮੈਂ ਉਹਦਾ ਨਾਮ ਦੱਸੂੰਗਾ। ਹਾਂ ਸੀ ਦੋਸਤੋ, ਇਹਦਾ ਨੇਮ, ਠੀਕ ਹੈ ਦੋਸਤੋ, ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਠੀਕ ਹੈ ਦੋਸਤੋ। ਇਹ ਦੇਖ ਲਓ, ਮੰਨ ਲਓ ਮੈਂ ਡਾਊਨਲੋਡ ਕਰਕੇ ਹੈ, ਅਤੇ ਹੁਣ ਮੈਂ ਔਨ ਕਰਕੇ ਦਿਖਾਊਂਗਾ। ਔਨ ਦੋਸਤੋ ਬਾਅਦ 'ਚ ਕਰਾਂਗੇ, ਪਹਿਲਾਂ ਮੈਂ ਪਿੱਕ ਡਿਲੀਟ ਕਰਕੇ ਦਿਖਾਊਂਗਾ। ਇਹ ਦੇਖ ਲਓ ਦੋਸਤੋ, ਇਹਨੂੰ ਆਹ ਪਿੱਕ ਨੂੰ ਮੈਂ ਤੁਹਾਡੇ ਸਾਹਮਣੇ ਦਿਖਾ ਰਿਹਾ ਹੂੰ, ਇੰਨੀ ਕਲੀਅਰ ਹੈ, ਠੀਕ ਹੈ ਦੋਸਤੋ। ਇਹ ਹੁਣ ਆਪਾਂ ਡਿਲੀਟ ਕਰਕੇ ਦਿਖਾਊਂਗਾ, ਦੇਖ ਲਓ ਡਿਲੀਟ ਲਿਖਿਆ ਹੈਗਾ, ਹੋ ਗਈ ਡਿਲੀਟ ਦੋਸਤੋ। ਦੇਖ ਲਓ ਦੋਸਤੋ, ਹੈ ਨਹੀਂ ਹੈ ਨਾ ਪਿੱਕ ਆਪਣੇ ਕੋਲ, ਹੁਣ ਮੈਂ ਇਸ ਦਾ ਬੈਕਅਪ ਲੈ ਲੂੰਗਾ। ਦੇਖ ਲਓ ਦੋਸਤੋ, ਇਹੀ ਐਪ ਨੂੰ ਮੈਂ ਓਪਨ ਕਰ ਲਿਆਂ। ਆਉਣ ਕਰਨ ਤੋਂ ਪਹਿਲਾਂ ਦੋਸਤੋ ਇਹੀ ਲਿਖਿਆ ਹੈਗਾ STARTBASHLCPHOTOSCAN, ਠੀਕ ਹੈ ਦੋਸਤੋ। ਇਹਦੇ ਉੱਤੇ ਕਲਿੱਕ ਕਰਨਾ, ਕਲਿੱਕ ਕਰਕੇ ਦੋਸਤੋ ਇਹ 'ਚ ਬਾਵਾ ਸਾਰੀਆਂ ਫੋਟੋ ਆ ਜਾਣੀਆਂ, ਬਾਵਾ ਸਾਰੀਆਂ ਪਿਕਸ ਆ ਜਾਣੀਆਂ। ਉਹਨਾਂ ਤੋਂ ਬਾਅਦ ਫਿਰ ਦੋਸਤੋ ਕਾਫੀ ਪਿੱਕ ਆ ਜਾਂਦੀਆਂ ਨੇ, ਉਹਨਾਂ 'ਚ ਲੱਭਣੀ ਹੈ ਪਿੱਕ ਕਿਹੜੀ ਸੀ ਆਪਣੀ, ਠੀਕ ਹੈ ਦੋਸਤੋ। ਹੁਣ ਮੈਂ ਭਾਲਦਾ ਹੂੰ ਦੋਸਤੋ, ਆ ਪਈ ਹੈ ਪਿੱਕ, ਦੇਖ ਲਓ ਦੋਸਤੋ, ਮੈਂ ਵੱਡੀ ਕਰਕੇ ਦਿਖਾਈ ਆ, ਆ ਪਈ ਹੈ ਪਿੱਕ। ਹੁਣ ਇਹਨੂੰ ਆਪਾਂ ਸੇਵ ਕਰਨੀ ਹੈ, ਉਹ ਵੀ ਦੱਸੂੰਗਾ ਕਿਵੇਂ ਕਰਨੀ ਹੈ। ਪਹਿਲਾਂ ਦੋਸਤੋ ਇਹਦੇ ਉੱਤੇ ਨਿਸ਼ਾਨੀ ਲਾ ਲੈਣੀ ਹੈ, ਠੀਕ ਹੈ ਦੋਸਤੋ। ਜਿਹੜੀਆਂ ਪਿੱਕਾਂ ਹੁੰਦੀਆਂ ਨੇ ਨਿਸ਼ਾਨੀ ਲਾ ਲੈਣੀ ਹੈ, ਇਕੱਲੀ ਇਕੱਲੀ ਪਿੱਕ ਕਰਨੀ ਆ, ਠੀਕ ਆ ਦੋਸਤੋ, ਜੇ ਕਾਫੀ ਕਰਾਂਗੇ ਹੋਣੀਆਂ ਨੇ, ਠੀਕ ਆ ਦੋਸਤੋ। ਫਿਰ ਉੱਪਰ ਤੀਰ ਦਿਸ ਰਿਹਾ ਹੈਗਾ, ਉਹਦੇ ਉੱਤੇ ਕਲਿੱਕ ਕਰਨਾ ਹੈ। ਕਲਿੱਕ ਕਰਕੇ ਫਿਰ ਵਿਚਾਲੜੇ ਫੋਲਡਰ 'ਤੇ ਕਲਿੱਕ ਕਰਨਾ, ਵਿਚਾਲੜੇ 'ਤੇ ਕਰਕੇ ਦੋਸਤੋ ਇਹਨਾਂ 'ਚੋਂ ਮੈਂ ਸਿਲੈਕਟ ਕਰ ਦਾਂਗਾ ਕਿਹੜੇ ਫੋਲਡਰ 'ਤੇ ਕਲਿੱਕ ਕਰਨਾ। ਮੈਂ ਮੰਨ ਲਓ ਦੋਸਤੋ ਡਾਊਨਲੋਡ ਸਿਲੈਕਟ ਕਰ ਲਿਆ, ਠੀਕ ਆ ਦੋਸਤੋ, ਡਾਊਨਲੋਡ 'ਚ ਪਾਊਂਗਾ। ਦੇਖ ਲਓ ਦੋਸਤੋ, ਡਾਊਨਲੋਡ 'ਚ ਮੈਂ ਪਾ ਰਿਹਾ ਹੂੰ, ਓਕੇ ਦੱਬਣੀ ਹੈ, ਹੋ ਗਿਆ ਜੀ ਦੋਸਤੋ ਸੇਵ। ਹੁਣ ਮੈਂ ਦਿਖਾਤਾ ਹੂੰ, ਠੀਕ ਹੈ ਦੋਸਤੋ, ਮੈਂ ਡਾਊਨਲੋਡ 'ਚ ਜਾ ਰਿਹਾ ਹੂੰ। ਮੈਂ ਦੋਸਤੋ ਮੈਂਬਰੀ 'ਚ ਕੀਤੀ ਆ, ਮੈਂਬਰੀ 'ਚ ਜਾਣਾ ਹੈਗਾ। ਫਿਰ ਦੋਸਤੋ ਆ ਪਿਆ ਹੈਗਾ ਡਾਊਨਲੋਡ, ਡਾਊਨਲੋਡ 'ਚ ਕਲਿੱਕ ਕਰਨਾ ਹੈਗਾ। ਕਲਿੱਕ ਕਰਕੇ ਦੋਸਤੋ ਆ ਪਈ ਹੈ ਪਿੱਕ, ਉਹੀ ਪਿੱਕ ਦਾ ਮੈਂ ਬੈਕਅਪ ਲੈ ਲਿਆ। ਆਹ ਦੇਖ ਲਓ ਦੋਸਤੋ, ਇਹਦਾ ਬੈਕਅਪ ਆ ਗਿਆ, ਇਹਦਾ ਮਤਲਬ ਵੀਡੀਓ ਸੱਚੀ ਹੈ, ਠੀਕ ਹੈ ਦੋਸਤੋ, ਇਹ ਵੀਡੀਓ ਸੱਚੀ ਹੈਗੀ ਆ, ਠੀਕ ਹੈ ਦੋਸਤੋ। ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਯੂ ਕਰ ਲੈਣਾ ਹੈ। ਜਿਹੜੀ ਸਾਈਡ 'ਤੇ ਘੰਟੀ ਹੁੰਦੀ ਹੈ ਦੋਸਤੋ, ਘੰਟੀ 'ਤੇ ਕਲਿੱਕ ਕਰ ਦੇਣਾ ਹੈ, ਵੀਡੀਓ ਨੂੰ ਲਾਈਕ 'ਤੇ ਅੱਗੇ ਸ਼ੇਅਰ ਕਰਨਾ ਹੈ, ਠੀਕ ਹੈ ਦੋਸਤੋ। ਅਗਲੀ ਵੀਡੀਓ 'ਚ ਜ਼ਰੂਰ ਹਾਜ਼ਰ ਹੋਏਗਾ, ਬਾਏ ਦੋਸਤੋ।